ਕਹਿੰਦੇ ਨੇ ਕਿ ਬੰਦਾ ਆਪਣੀ ਮਿਹਨਤ ਦੇ ਨਾਲ ਕੁਛ ਵੀ ਹਾਸਿਲ ਕਰ ਸਕਦਾ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀ ਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ। ਔਰ ਗੱਲ ਕਰਦੇ ਹਾਂ ਪੱਗ ਵਾਲੇ ਮੁੰਡੇ ਦੀ ਜਿਸਦਾ ਨਾਮ ਹੈ ਐਮੀ ਵਿਰਕ। ਨੋ ਡਾਊਟ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸੁਪਰ ਹਿੱਟ ਗਾਣੇ ਦਿੱਤੇ ਨੇ। ਉਹ ਤਾਂ ਹੀ ਫਿਲਮਾਂ ਦੇ ਵਿੱਚ ਵੀ ਬਾ ਕਮਾਲ ਅਦਾਕਾਰੀ ਕੀਤੀ ਹੈ ਜੋ ਲੋਕਾਂ ਨੂੰ ਖੂਬ ਪਸੰਦ ਆਈ ਹੈ। ਔਰ ਹੁਣ ਆਪਣੀ ਮਿਹਨਤ ਦੇ ਨਾਲ ਹੀ ਰੇਂਜ ਰੋਵਰ ਲੈ ਲਈਏ ਜੀ ਐਮੀ ਵਿਰਕ ਨੇ। ਅਸੀਂ ਤੁਹਾਨੂੰ ਦੱਸ ਦਈਏ ਕਿ ਰੇਂਜ ਰੋਵਰ ਲੈਣ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕੁਝ ਸਿੰਗਰਾਂ ਨੇ ਔਰ ਇੱਥੋਂ ਤੱਕ ਕਿ ਬਾਲੀਵੁੱਡ ਦੇ ਇੱਕ ਐਕਟਰ ਨੇ ਵੀ ਵਧਾਈ ਦਿੱਤੀ ਹੈ। ਕਿੰਨਾ ਕਿੰਨਾ ਸਿੰਗਰਾਂ ਨੇ ਵਧਾਈ ਦਿੱਤੀ ਹੈ ਔਰ ਕਿਸ ਐਕਟਰ ਨੇ ਕੀਤੀ ਹੈ ਤਾਰੀਫ, ਸਾਡੇ ਐਮੀ ਵਿਰਕ ਦੀ ਖੁਦ ਦੇਖੋ ਇਸ ਖਾਸ ਰਿਪੋਰਟ ਦੇ ਵਿੱਚ। ਬਹੁਤ ਜਲਦ ਬਾਲੀਵੁੱਡ ਦੀ ਫਿਲਮ 83 ਵਿੱਚ ਰਣਵੀਰ ਸਿੰਘ ਨਾਲ ਨਜ਼ਰ ਆਉਣ ਵਾਲੇ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਹਾਲ ਹੀ ਵਿੱਚ ਰੇਂਜ ਰੋਵਰ ਗੱਡੀ ਖਰੀਦੀ ਹੈ। ਇਸ ਦੀ ਇੱਕ ਤਸਵੀਰ ਉਹਨਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਬਾਲੀਵੁੱਡ ਤੇ ਪਾਲੀਵੁੱਡ ਦੇ ਸਟਾਰਸ ਵਧਾਈ ਦੇ ਰਹੇ ਨੇ। ਜਿੱਥੇ ਗੈਰੀ ਸੰਧੂ ਨੇ ਐਮੀ ਵਿਰਕ ਨੂੰ ਵਧਾਈ ਦਿੱਤੀ ਹੈ, ਉੱਥੇ ਹੀ ਰੇਸ਼ਮ ਸਿੰਘ ਅਨਮੋਲ ਨੇ ਉਹਨਾਂ ਤੋਂ ਪਾਰਟੀ ਮੰਗੀ ਹੈ। ਮਨਿੰਦਰ ਬੁੱਟਰ ਨੇ ਕਿਹਾ ਕਿ ਗੇੜਾ ਲਾ ਆਈਏ। ਇਸ ਦੇ ਨਾਲ ਹੀ ਬਾਲੀਵੁੱਡ ਸਟਾਰ ਰਣਵੀਰ ਸਿੰਘ ਨੇ ਕਮੈਂਟ 'ਚ ਕਿਹਾ ਹੈ ਕਿ ਵੱਡੇ ਲੋਕ ਤੇ ਵੱਡੀਆਂ ਗੱਲਾਂ। ਹੁਣ ਦੇਖਣਾ ਇਹ ਹੋਏਗਾ ਕਿ ਐਮੀ ਵਿਰਕ ਕਿਸ ਨੂੰ ਆਪਣੀ ਨਵੀਂ ਗੱਡੀ ਵਿੱਚ ਗੇੜੀ ਲਵਾਉਂਦੇ ਨੇ ਤੇ ਕਿਸ ਨੂੰ ਪਾਰਟੀ ਦਿੰਦੇ ਨੇ।